Kamaima College School of Nursing BC ਦੇ Registered Healthcare Assistant Training Provider ਹਨ ਇਨਾ ਕੋਲ ਵਿਦਿਆਰਥੀਆਂ ਨੂੰ ਉੱਚ ਮਿਆਰ ਦੀ ਵਿੱਦਿਆ ਦੇਣ ਲਈ ਵਚਨਬੱਧ सर्टिफाइड ਟੀਚਰਜ਼ ਹਨ Resident Care Aide Healthcare Assistant Long Term Care Aide Home Support Worker Internationally Educated Nurse Licensure Preparation Prenatal Classes and Other Nursing Workshops PCCIA ਤੋਂ ਮਾਨਤਾ ਪ੍ਰਾਪਤ Kamaima College ਨੂੰ ਕਾਲ ਕਰੋ 6045935178 ਕਈ ਸਾਲ ਤੋਂ ਬਾਅਦ ਵੀ ਅੱਜ ਤੱਕ ਸੱਚ ਨਹੀਂ ਬਾਹਰ ਆ ਸਕਿਆ ਕਿ 1984 ਦੇ ਵਿੱਚ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਉਸ ਵਿੱਚ ਕੀ ਕੁਝ ਹੋਇਆ ਹਾਂ ਕਿਤਾਬਾਂ ਤਾਂ ਬੜੀਆਂ ਲਿਖੀਆਂ ਗਈਆਂ ਪਰ ਕੀ ਜੋ ਕੁਝ ਸੱਚ ਸਾਹਮਣੇ ਆਣਾ ਚਾਹੀਦਾ ਸੀ ਕੀ ਉਹ ਆਇਆ ਜਿਸ ਤਰ੍ਹਾਂ ਭਾਈ ਸਾਹਿਬ ਨੇ ਬ੍ਰੇਕ ਤੋਂ ਪਹਿਲਾਂ ਦੱਸਿਆ ਜਿਹੜਾ ਮੈਂ ਸਵਾਲ ਪੁੱਛਿਆ ਸੀ ਕਿ ਕਈ ਉਹ ਲੀਡਰ ਜਿਹੜੇ ਕਿ ਅੱਜ ਪੰਥ ਦੀ ਦੋਹਾਈ ਪਾਉਂਦੇ ਨੇ ਉਹਨਾਂ ਵੱਲੋਂ ਕਿਸ ਤਰੀਕੇ ਦਾ ਜੋ ਐਟੀਟਿਊਡ ਸੀ ਉਸ ਸਮੇਂ ਅਡਾਪਟ ਕੀਤਾ ਗਿਆ ਤੇ ਪੰਥ ਇਨ ਡੇਂਜਰ ਦਾ ਅੱਜ ਦਾ ਇਹ ਨਾਰਾ ਮਾਰ ਰਹੇ ਨੇ ਪਰ ਉਸ ਸਮੇਂ ਜਦੋਂ ਪੰਥ ਨੂੰ ਲੋੜ ਸੀ ਉਹ ਕਿੱਥੇ ਸਨ ਆਓ ਇਸ ਦੇ ਬਾਰੇ ਕੁਝ ਹੋਰ ਗੱਲਬਾਤ ਜੋ ਜਿਸ ਤਰ੍ਹਾਂ ਪਾਇਸ ਬ੍ਰੇਕ ਤੋਂ ਪਹਿਲਾਂ ਤੁਸੀਂ ਦੱਸਿਆ ਕਿ ਇਹ ਲੀਡਰ ਜਿਹੜੇ ਅੱਜ ਪੰਥ ਦੀ ਦੁਹਾਈ ਪਾ ਕੇ ਲੋਕਾਂ ਨੂੰ ਫਿਰ ਇਮੋਸ਼ਨਲ ਬਲੈਕਮੇਲ ਕਰਦੇ ਨੇ ਇਹ ਉਸ ਸਮੇਂ ਹੱਥ ਖੜੇ ਕਰਕੇ ਜਾਂ ਕਿਸੇ ਨਾ ਕਿਸੇ ਬਹਾਨੇ ਨਾਲ ਜਿਸ ਤਰ੍ਹਾਂ ਬਾਹਰ ਨਿਕਲੇ ਤੇ ਨਾਲ ਕੋਈ ਟੌਰਚਰ ਵੀ ਨਹੀਂ ਹੋਇਆ ਇਹ ਚੀਜ਼ਾਂ ਜਿਹੜੀਆਂ ਆਈਆਂ ਸਾਹਮਣੇ ਉਸ ਸਮੇਂ ਤਾਂ ਕਿ ਇਹਨਾਂ ਨਾਲ ਜਿਹੜੇ ਹੋਰ ਵੀ ਲੋਕ ਬਾਹਰ ਨਿਕਲੇ ਸਨ ਤੁਸੀਂ ਉਸ ਤੇ ਜਦੋਂ ਕਿ ਸਾਰਿਆਂ ਨੂੰ ਇਕੱਠੇ ਇੱਕ ਥਾਂ ਤੇ ਰੱਖਿਆ ਗਿਆ ਸੀ ਜਾਂ ਇਹਨਾਂ ਨੂੰ ਅਲੱਗ ਰੱਖ ਦਿੱਤਾ ਗਿਆ ਤੇ ਤੁਹਾਨੂੰ ਸਾਰਿਆਂ ਨੂੰ ਅਲੱਗ ਬੰਦ ਕੀਤਾ ਗਿਆ ਦੇਖੋ ਜੀ ਜਦੋਂ ਅਸੀਂ ਫੜੇ ਗਏ ਆ ਤੇ ਸਾਨੂੰ ਤੇ ਅਸੀਂ ਤੇ ਇੱਕ ਧਰਮ ਦਾ ਹੀ ਕੰਮ ਸਮਝਦੇ ਹਾਂ ਵੀ ਧਰਮ ਯੁੱਧ ਮੋਰਚੇ ਚੱਲਦੇ ਆ। ਜਦੋਂ ਫੜੇ ਜਾਂਦੇ ਉਸ ਤੋਂ ਬਾਅਦ ਪਤਾ ਲੱਗਾ ਵੀ ਅਸਲ ਕੀ ਐ ਤੇ ਝੂਠ ਕੀ ਐ। ਹੂੰ ਹੂੰ। ਫਿਰ ਉਸ ਤੋਂ ਬਾਅਦ ਅਸੀਂ ਕਿਉਂਕਿ ਉਸ ਲਈ ਮਾਤਾ ਜੀ ਵੀ ਮੇਰੇ ਨਾਲ ਫੜੇ ਗਏ ਸਨ ਮੇਰੇ ਮਦਰ 6 ਮਹੀਨੇ ਵੀ ਲੁਧਿਆਣਾ ਦੀ ਜੇਲ੍ਹ ਚ ਰਹੇ ਨੇ। ਅੱਛਾ ਉਹਨਾਂ ਨੂੰ ਵੀ ਜੇਲ੍ਹ ਚ ਰਹੇ। ਉਹ ਵੀ ਜੇਲ੍ਹ ਚ ਰਹੇ ਨੇ। ਤੇ ਬਾਕੀ ਇਹ ਵੀ ਜਿਨ੍ਹਾਂ ਨੇ ਪੰਥ ਲਈ ਖਾਤਰ ਇਸ ਤਰ੍ਹਾਂ ਗੁਰੂ ਸਾਹਿਬਾਂ ਨੇ ਜਿਨ੍ਹਾਂ ਦੇ ਜਿਨ੍ਹਾਂ ਕੋਲੋਂ ਸੇਵਾ ਲਈ ਉਹ ਤੇ ਚੁੱਪ ਨੇ। ਜੀ। ਜਿਨ੍ਹਾਂ ਕੁਝ ਨਹੀਂ ਕੀਤਾ ਉਹ ਪੰਥ ਨੂੰ ਲੋਟ ਰਹੇ ਨੇ। ਹੂੰ ਹੂੰ। ਹਨ ਸਵਾਲ ਇਹ ਆਂਦਾ ਜੀ ਕਿ ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਕਿ ਪੰਥ ਨੂੰ ਉਹ ਲੋਕ ਜਿਹੜੇ ਹੈਗੇ ਨੇ ਲੁੱਟਰੇ ਨੇ ਪਰ ਕੀ ਜਿਸ ਤਰ੍ਹਾਂ ਤੁਸੀਂ ਐਗਜ਼ਾਮਪਲ ਵੀ ਦਿੱਤਾ ਭਾਈ ਸਾਹਿਬ ਦਾ ਜਿਹੜੇ ਕਿ ਕੀਰਤਨ ਕਰ ਰਹੇ ਸਨ ਅਤੇ ਉਹਨਾਂ ਨੂੰ ਵੀ ਗੋਲੀ ਲੱਗੀ ਉਹਨਾਂ ਦਾ ਐਸਜੀਪੀਸੀ ਨੇ ਨਾਂ ਤੱਕ ਜਿਹੜਾ ਹੈਗਾ ਉਹ ਨਹੀਂ ਅੱਗੇ ਕੀਤਾ ਤੇ ਹੁਣ ਇਹ ਮੈਮੋਰੀਅਲਸ ਜਿਹੜੇ ਬਣਾਏ ਜਾ ਰਹੇ ਨੇ ਇਹ ਸਭ ਕੁਝ ਚੱਲ ਰਿਹਾ ਹੈ ਇੱਕ ਹੀ ਚੱਲ ਰਿਹਾ ਹੈ ਇੱਕ ਸਿਆਸੀ ਚੱਲ ਉਹੀ ਇੱਕ ਟਕਸਾਲ ਸੀ ਜਿਨ੍ਹਾਂ ਦੇ ਮੋਢੀ ਸੰਤ ਜਨਰਲ ਸਿੰਘ ਜੀ ਖਾਲਸਾ ਪਿੰਡਾ ਵਾਲੇ ਜੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਦਾਸ ਨੇ ਦਾਸ ਨੂੰ ਜਿਨ੍ਹਾਂ ਨੇ ਮੱਲੇਗੀ ਹਰਮੰਦਰ ਸਾਹਿਬ ਡਿਊਟੀ ਤੇ ਵੀ ਲਵਾਇਆ ਤੇ ਦਾਸ ਉਹਨਾਂ ਦੀ ਮੁਠੀ ਚਾਪ ਵੀ ਕਰਦਾ ਹੁੰਦਾ ਸੀ ਜੀ ਤੇ ਉਸ ਵੇਲੇ ਸੰਤਮਾ ਪੁਰਸ਼ ਕਹਿੰਦੇ ਹੁੰਦੇ ਸਨ ਵੀ ਰਾਗਾ ਸਿੰਘ ਤੂੰ ਮੁਠੀ ਚਾਪੀ ਨਾ ਕਰਿਆ ਕਰ ਤੂੰ ਗੁਰੂ ਰਾਮਦਾਸ ਸਾਹਿਬ ਦੇ ਦਰ ਦਾ ਕੀਰਤਨ ਠੀਕ ਤੇ ਮੈਂ ਕਿਹਾ ਮਾਹ ਪੁਰਸ਼ੋ ਮੈਂ ਕੀਰਤਨ ਉੱਥੇ ਕਰਦਾ ਇੱਥੇ ਮੈਂ ਤੁਹਾਡੀ ਸੇਵਾ ਕਰਨ ਵਾਸਤੇ ਰਾਈਟ ਉਸ ਵੇਲੇ ਸੰਤਮਾ ਪੁਰਸ਼ ਜਿਹੜੇ ਸਨ ਉਹ ਕਹਿੰਦੇ ਹੁੰਦੇ ਸਨ ਵੀ ਇਹਨਾਂ ਦੀ ਝੋਲੀ ਚ ਨਾ ਪੈ ਜਿਓ ਪਰ ਅੱਜ ਮੈਨੂੰ ਇੱਕ ਗੱਲ ਦਾ ਅਫਸੋਸ ਹੁੰਦਾ ਕਿ ਉਹ ਟਕਸਾਲ ਜਿਹੜੀ ਹੈ ਉਹਨਾਂ ਦੀ ਚੋਰੀ ਚ ਪੈ ਚੁੱਕੀ ਹੈ ਉਹਨਾਂ ਨੂੰ ਨਹੀਂ ਪਹਿਣਾ ਚਾਹੀਦਾ ਰਾਈਟ ਸੋ ਤੁਹਾਨੂੰ ਫੜ ਕੇ ਜਦੋਂ ਜੇਲ੍ਹ ਵਿੱਚ ਵੀ ਲੈ ਗਏ ਉੱਥੇ ਜਾ ਕੇ ਕੀ ਤੁਹਾਡੇ ਨਾਲ ਕੋਈ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਕਿੰਨਾ ਕੁ ਜਾਣਦੇ ਹੈਗੇ ਸੀ ਜੋ ਕੁਝ ਹੋਇਆ ਸੀ ਤੇ ਦੂਸਰਾ ਜਿਹੜਾ ਇਹ ਵੀ ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਹਥਿਆਰ ਸਨ ਉੱਥੇ ਤੇ ਬਹੁਤ ਸਾਰੇ ਕੁਝ ਗਲਤ ਹੋਇਆ ਉਹਦੇ ਬਾਰੇ ਦੱਸੋ ਕਿ ਤੁਹਾਨੂੰ ਕਿੰਨਾ ਕੁ ਪਤਾ ਉਹਦੇ ਬਾਰੇ ਜਦੋਂ ਸਾਨੂੰ ਫੜ ਕੇ ਮੈਂ 7.5 ਮਹੀਨਾ ਜਮੇਰ ਜਿਲ੍ਹੇ ਚ ਬੰਦ ਰਿਹਾ ਉੱਥੇ ਇੰਟੈਰੋਗੇਸ਼ਨ ਚਲਸੀ ਸਾਈ ਜੀ ਉਸ ਤੋਂ ਬਾਅਦ ਪੁੱਛਦੇ ਰਹੇ ਕਾਫੀ ਕੁਛ ਤੇ ਜਦੋਂ ਨਜ਼ਰਬੰਦੀ ਤੋੜਨ ਦਾ ਸਮਾਂ ਆਇਆ ਉਦੋਂ ਜੱਜ ਦੇ ਸਾਹਮਣੇ ਮੇਰੇ ਸਵਾਲ ਜਵਾਬ ਹੋਏ ਅੱਛਾ ਜੀ ਉਸਨੇ ਜੱਜ ਨੇ ਕਿਹਾ ਵੀ ਤੇਰਾ ਨਾਮ ਕੀ ਹੈ ਮੈਂ ਸਰਿੰਦਰ ਸਿੰਘ ਹਮਮ ਮੈਂ ਕਾਲੀ ਕੇਸ ਕੀ ਜਿਹੜੀ ਸ਼ੁਰੂ ਤੋਂ ਬੰਦ ਜੀ ਤੇ ਕਹਿੰਦੇ ਵੀ ਤੂੰ ਉੱਥੇ ਕੀ ਕਰਦਾ ਸੀ ਹਮਮ ਮੈਂ ਜੀ ਫਿਰ ਮੈਂ ਉਸ ਵੇਲੇ ਜਦੋਂ ਮੇਰੇ ਮਨਚੀ ਇਹਨਾਂ ਨੇ ਇਹ ਸਵਾਲ ਪੁੱਛਿਆ ਤੇ ਮੇਰੇ ਮਨਚਾ ਵੀ ਮੈਂ ਉਸ ਦਰਦਾ ਕੀਤਨੀ ਆ ਜਿੱਥੋਂ ਦੇ ਸ਼ਹੀਦ ਭਾਈ ਮਨੀ ਸਿੰਘ ਜੀ ਹੋਏ ਹਨ ਜੀ ਜਿਨ੍ਹਾਂ ਦਾ ਬੰਦ-ਬੰਦ ਕੱਟਿਆ ਗਿਆ ਸੀ ਸਮੇਂ ਦੀ ਹਕੂਮਤ ਨੇ ਹੁਕਮ ਦਿੱਤਾ ਸੀ ਹਮ ਤੇ ਅੱਜ ਤੁਸੀਂ ਮੈਨੂੰ ਕਿਹੜੀ ਸਜ਼ਾ ਦਿੰਦੇ ਮੈਂ ਹੱਸ ਕੇ ਪ੍ਰਵਾਨ ਕਰਾਂਗਾ ਉਹ ਕਹਿੰਦੇ ਅਸੀਂ ਇੱਥੇ ਸਜ਼ਾ ਦੇਣ ਨਹੀਂ ਆਏ ਤੇ ਮੈਂ ਦੱਸੋ ਫਿਰ ਸਾਨੂੰ ਬੰਦ ਕਿਉਂ ਕੀਤਾ ਹੈ ਕਹਿੰਦੇ ਅਸੀਂ ਤੇਰੇ ਕੋਲ ਕੁਝ ਸਵਾਲ ਪੁੱਛਣਾ ਚਾਹੁੰਦੇ ਹਾਂ ਮੈਂ ਜੀ ਪੁੱਛੋ ਕਿਹੜੇ ਸਵਾਲ ਪੁੱਛਦੇ ਹੋ ਜੀ ਕਹਿੰਦੇ ਅੰਦਰ ਹਥਿਆਰ ਕਿੱਥੋਂ ਆਏ ਸਨ ਅੱਛਾ ਜੀ ਮਾਜੀ ਮੈਂ ਤੁਹਾਨੂੰ ਇੱਕ ਕੁਐਸਚਨ ਕਰਨਾ ਚਾਹੁੰਦਾ ਹਮ ਜੈਸਤਾਂ ਨੂੰ ਆਖਿਆ ਮੈਂ ਕਹਿੰਦੇ ਕਰੋ ਮਾਜੀ ਤੁਸੀਂ ਅਖਬਾਰਾਂ ਚ ਪੜਦੇ ਤੇ ਮੈਂ ਵੀ ਅਖਬਾਰਾਂ ਚ ਪੜਦਾ ਹਿੰਦੁਸਤਾਨ ਦੀ ਗਵਰਨਮੈਂਟ ਨੇ ਰਸ਼ੀਆ ਕੋਲੋਂ ਇਹਨੇ ਹਥਿਆਰ ਖਰੀਦੇ ਜੀ ਇੰਨੇ ਜਹਾਜ਼ ਖਰੀਦੇ ਇੰਨੇ ਟੈਂਕ ਖਰੀਦੇ ਤੁਸੀਂ ਕਦੀ ਖੁਦ ਜਾ ਕੇ ਦੇਖਿਆ ਹਮ ਕਹਿੰਦੇ ਨਹੀਂ ਤੇ ਮੈਂ ਮੈਂ ਵੀ ਨਹੀਂ ਦੇਖਿਆ ਕੋਈ ਠੀਕ ਜਿਉ ਤੁਸੀਂ ਉਹ ਚੀਜ਼ਾਂ ਨਹੀਂ ਦੇ ਤੁਸੀਂ ਵੀ ਅਖਬਾਰਾਂ ਚ ਪੜਦੇ ਤੇ ਮੈਂ ਵੀ ਅਖਬਾਰਾਂ ਚ ਪੜਦਾ ਅਖਬਾਰਾਂ ਇਤੇ ਤਕਰੀਬਨ ਜੋ ਕੁਝ ਲਿਖਿਆ ਜਾਂਦਾ ਉਹ ਪੂਰਾ ਸੱਚ ਨਹੀਂ ਹੁੰਦਾ ਰਾਈਟ ਅੱਛਾ ਹੋਰ ਕੀ ਗੱਲਬਾਤ ਕਰੀ ਕੋਈ ਐਵੀ ਸਮਾਂ ਆਇਆ ਕਿ ਖਰੀਦਨ ਦੇਵੀ ਕੋਸ਼ਿਸ਼ ਕੀਤੀ ਕਿ ਤੁਸੀਂ ਸਰਕਾਰੀ ਕਾਈਂਡ ਆਫ ਗਵਾ ਬਣ ਕੇ ਜਾਂ ਕੁਝ ਹੋਰ ਲੋਕਾਂ ਨੂੰ ਵਿੱਚ ਇਨਵੋਲ ਕਰਨ ਦੀ ਕੋਸ਼ਿਸ਼ ਕਰੋ ਦੇਖੋ ਜੇ ਜਦੋਂ ਇਹੋ ਜਿਹੇ ਆਪਣਾ ਹਾਦਸੇ ਹੁੰਦੇ ਨੇ ਜਾਂ ਇਹੋ ਜਿਹੀਆਂ ਕਟਨਾਵਾਵਾਂ ਹੁੰਦੀਆਂ ਨੇ ਉਦੋਂ ਲਾਲਚ ਤੇ ਦਿੱਤੇ ਜਾਂਦੇ ਨੇ ਤੇ ਜਿਹੜਾ ਲਾਲਚ ਵਿੱਚ ਫਸ ਜਾਂਦਾ ਹੈ ਉਹ ਆਪਣੀ ਕੁਰਬਾਨੀ ਨੂੰ ਗਵਾ ਬੈਠਦਾ ਹੈ ਜੀ ਤੇ ਅਸੀਂ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਸ਼ੁਰੂ ਤੋਂ ਜਦੋਂ ਤੋਂ ਬਚਮੰਦੀ ਹੋਸ ਸੰਭਾਲੀ ਅਸੀਂ ਇਤਿਹਾਸ ਪੜਦੇ ਆਏ ਆ ਠੀਕ ਅਜੇ ਤੱਕ ਗੁਰੂ ਸਾਹਿਬਾਂ ਦੀ ਕਿਰਪਾ ਹੈ ਕਿ ਅਸੀਂ ਉਸ ਪਾਸੇ ਨਹੀਂ ਗਏ ਬਹੁਤ ਕੋ ਸੋ 4 ਸਾਲ ਤੁਹਾਨੂੰ ਜੋਧਪੁਰ ਚ ਰੱਖਿਆ ਗਿਆ ਉਸ ਤੋਂ ਬਾਅਦ ਫਿਰ ਤੁਹਾਨੂੰ ਰਿਹਾ ਕਰ ਦਿੱਤਾ ਗਿਆ ਸੋ ਇਹ 4 ਸਾਲ ਦਾ ਜਿਹੜਾ ਸਫਰ ਹੈਗਾ ਸੀ ਉਸ ਦੇ ਵਿੱਚ ਕਿਉਂਕਿ ਕਾਫੀ ਸਾਰੇ ਜਿਹੜੇ ਲੋਕ ਸਨ ਉਹਨਾਂ ਦੇ ਉੱਤੇ ਕੇਸ ਜਿਹੜੇ ਨੈਸਾ ਦੇ ਲਾਏ ਗਏ ਸਨ ਹੋਰ ਜਿਹੜੇ ਸਨ ਉਹ ਵੀ ਚਾਰਜਸ ਨੂੰ ਡ੍ਰੌਪ ਕਰਨਾ ਸ਼ੁਰੂ ਕੀਤਾ ਗਿਆ ਤੁਹਾਡੇ ਉੱਤੇ ਕਿਹੜੇ ਕਿਹੜੇ ਚਾਰਜ ਲਾਏ ਸਨ ਇਹਨਾਂ ਦੇ ਮੇਰੇ ਤੇ ਜਦੋਂ ਮੈਂ ਐਨਐਸਸੀ 'ਚ ਬੰਦ ਸੀ ਉਦੋਂ 120 ਬੀ 124 ਏ ਬੀ ਇਸ ਤਰ੍ਹਾਂ ਕਰਕੇ ਕਾਫੀ ਧਰਾਵਾਂ ਸੰਮਲ ਲਈ 5751 ਤੋਂ ਲੈ ਕੇ ਦੇ ਫਾਂਸੀ ਸੱਕਦੀਆਂ ਧਰਾਵਾਂ ਸੰ। ਜਿਹੜੀਆਂ ਉਹਨਾਂ ਨੇ ਬਾਗੀਆਂ ਤੇ ਲਾਇਆ ਤੇ ਕਾਫੀ ਜਿਹੜੇ ਸਫੇ ਸਨ ਉਹਨਾਂ ਦਾ ਪੁਲੱਥਾ ਮੈਨੂੰ ਦਿੱਤਾ ਗਿਆ ਸੀ। ਇਹ ਧਰਾਵਾਂ ਤੁਹਾਡੇ ਤੇ ਲਾਈਆਂ ਗਈਆਂ। ਤੇ ਆਪੇ ਲਾਉਣ ਵਾਲੇ ਸਨ ਤੇ ਆਪੇ ਤੋੜਨ ਵਾਲੇ ਆ। ਤੇ ਪੁੱਛੇ ਇਹਨਾਂ ਨੂੰ ਕਿਹੜਾ? ਰਾਈਟ ਹੋਰ ਤੁਹਾਡੇ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਸਿੰਘ ਸਨ ਉਹ ਉਹਨਾਂ ਨੂੰ ਜੋਧਪੁਰ ਦੀ ਜੇਲ੍ਹ ਵਿੱਚ ਰੱਖਿਆ ਗਿਆ ਅਜਮੇਰ ਦੀ ਵੀ ਜੇਲ੍ਹ ਸੀ ਜੋਧਪੁਰ ਦੀ ਜੇਲ੍ਹ ਸੀ ਤਾਂ ਉਹਦੇ ਅੰਦਰ ਕੀ ਤੁਹਾਡੇ ਪਰਿਵਾਰਾਂ ਨੂੰ ਆ ਕੇ ਮਿਲਣ ਦੀ ਕੋਈ ਇਜਾਜ਼ਤ ਮਿਲਦੀ ਸੀ ਤੁਹਾਡਾ ਉੱਥੇ ਰਹਿਣ ਸਹਿਣ ਜੋ ਸੀ ਕੀ ਉਹਦੇ ਵਿੱਚ ਕੀ ਸਿਰਫ ਜਿਸ ਤਰ੍ਹਾਂ ਸ਼ੁਰੂਦਿ ਤੁਸੀਂ ਕਹਿੰਦੇ ਸੀ ਕਿ ਸਿਰਫ ਇੱਕ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਜਿੱਥੇ ਕਿਸੇ ਨੂੰ ਮਿਲ ਨਹੀਂ ਦਿੰਦੇ ਸੀ ਪਰ ਓਵਰ ધ ইਅਰਸ ਕੀ ਇਹਦੇ ਵਿੱਚ ਕੋਈ ਕਮੀ ਆਈ ਕਿ ਥੋੜੇ ਨਰਮੀ ਨਾਲ ਵਰਤਣਾ ਸ਼ੁਰੂ ਕੀਤਾ ਗਿਆ ਜਾਂ ਪਰਿਵਾਰਾਂ ਨੂੰ ਆਨ ਜਾਣ ਦਿੱਤਾ ਗਿਆ ਜਾਂ ਤੁਹਾਨੂੰ ਨਾ ਕੋਈ ਹੋਰ ਫੈਸਿਲਿਟੀਆਂ ਦਿੱਤੀਆਂ ਗਈਆਂ ਜਿੰਨੀ ਦੇਰ ਅਸੀਂ ਜੇਲ੍ਹ 'ਚ ਬੰਦ ਰਹੇ ਹਾਂ ਜੀ ਸਖਤੀ ਹੁੰਦੀ ਰਹੀ ਹੈ ਉਹਦੇ 'ਚ ਕੋਈ ਇਹ ਨਹੀਂ ਕਿ ਕਿਸੇ ਵੀ ਢਿੱਲ ਮੱਠ ਇਹਨਾਂ ਨੇ ਦਿਖਾਈ ਹੋਏ ਵੀ ਇਹਨਾਂ ਨੂੰ ਕੁਝ ਸਹੂਲਤਾਂ ਦਿੱਤੀਆਂ ਜਾਂ ਨਹੀਂ ਉਹ ਕੋਈ ਸੂਤ ਨਹੀਂ ਦਿੱਤੀ ਹਾਂ ਹਾਂ ਤੇ 28 ਸਾਲ ਦਾ ਸਫ਼ਰ ਹੋ ਗਿਆ ਇਸ ਹਾਦਸੇ ਨੂੰ ਹੋਏ ਹੋਏ ਤੁਸੀਂ ਇਸ ਦੇ ਵਿੱਚ ਬਾਹਰ ਆਏ ਜਦੋਂ ਉਸ ਤੋਂ ਬਾਅਦ ਕੀ ਉਸ ਸਮੇਂ ਦੌਰਾਨ ਤੁਸੀਂ ਕੋਈ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਦੱਸਿਆ ਜਾਂ ਕੁਝ ਕੋਸ਼ਿਸ਼ ਇਹੋ ਜਿਹੀ ਵੀ ਕੀਤੀ ਕਿ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਨੇ ਇਹਨਾਂ ਨੂੰ ਕਲਮ ਬੰਦ ਕਰਕੇ ਜਾਂ ਮੀਡੀਆ ਵਿੱਚ ਲਿਆਇਆ ਜਾਏ ਮੈਂ ਕਈ ਵਾਰੀ ਮੈਨੂੰ ਮੇਰੇ ਦੋਸਤਾਂ ਨੇ ਕਿਹਾ ਵੀ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਦਾ ਸਫ਼ਰ ਇਹਨੂੰ ਲਿਖੋ ਜੀ ਪਰ ਮੈਂ ਲਿਖਿਆ ਨਹੀਂ ਹਮਮੈਂ ਅਜੇ ਮੈਂ ਲਿਖਿਆ ਤੇ ਪਤਾ ਨਹੀਂ ਕਿਹੜੇ ਕੀ ਕਰਨਗੇ ਅੰਦਰ ਕਰਨਗੇ ਮਾਰਨਗੇ ਲੁੱਟਣਗੇ ਕਈ ਹੱਦ ਤੱਕ ਇਹੋ ਜਿਹੇ ਹੋਏ ਨੇ ਕਈਆਂ ਦਾ ਪਤਾ ਹੀ ਨਹੀਂ ਲੱਗਾ ਜੇ ਤੱਕ ਉਸ ਕਰਕੇ ਅਜੇ ਸਾਰਾ ਜਿਹੜਾ ਇਤਿਹਾਸ ਹੈ ਬਲੂ ਸਟਾਰ ਦਾ ਉਹ ਮੇਰੇ ਅੰਦਰ ਹੈ ਠੀਕ ਓਕੇ ਜੋ ਮੈਂ ਅੱਖੀਂ ਦੇਖਿਆ ਸਭ ਕੁਝ ਜੀ ਜੋ ਘਟਨਾਵਾਂ ਐਸੀਆਂ ਨੇ ਕਿਸੇ ਨੂੰ ਪਤਾ ਨਹੀਂ ਹੈ ਵੀ ਉਸ ਵੇਲੇ ਕੀ ਹੋਇਆ ਤੇ ਕੀ ਨਹੀਂ ਉਹ ਸਾਰੀਆਂ ਮੇਰੇ ਅੰਦਰ ਨੇ ਸੋ ਇਹਦੇ ਜੋਧਪੁਰ ਜੀ ਜੇਕਰ ਥੋੜਾ ਜਾ ਜ਼ਿਕਰ ਕਰੀਏ ਅੱਜ ਕਿਉਂਕਿ ਤੁਸੀਂ ਅੱਜ ਇੱਥੇ ਸਾਡੇ ਮਹਿਮਾਨ ਆਏ ਹੋ ਕੈਨੇਡਾ ਦੇ ਵਿੱਚ ਅਤੇ ਇੱਥੇ ਜਿਹੜੇ ਸਿੱਖ ਵੱਸਦੇ ਨੇ ਬੜੇ ਭਾਵਕ ਨੇ ਤੇ ਹੋਰ ਜਾਣਨਾ ਚਾਹੁੰਦੇ ਨੇ ਕਿਉਂਕਿ ਜੋ ਕੁਝ ਉਸ ਸਮੇਂ ਹੋਇਆ ਉਹ ਸਿਰਫ ਅਖਬਾਰਾਂ ਰਾਹੀਂ ਜਾਂ ਮੀਡੀਆ ਰਾਹੀਂ ਹੀ ਥੇ ਇੰਨ ਤੱਕ ਇਨਫੋਰਮੇਸ਼ਨ ਪਹੁੰਚੀ ਜਾਂ ਫਿਰ ਉਹਨਾਂ ਸਿਆਸਤਦਾਨਾਂ ਵੱਲੋਂ ਜਿਨ੍ਹਾਂ ਨੇ ਕਿ ਇੱਥੇ ਆ ਕੇ ਲੋਕਾਂ ਨੂੰ ਭਾਵਕ ਕਰਕੇ ਉਹਨਾਂ ਨੂੰ ਇਮੋਸ਼ਨਲੀ ਮੈਂ ਕਹਾਂਗਾ ਬਲੈਕਮੇਲ ਕੀਤਾ ਕਿ ਉਹਨਾਂ ਦੀ ਜੇਬਾਂ ਹੀ ਖਲਵਾਈਆਂ ਪਰ ਹੋਰ ਕੁਝ ਦਿੱਤਾ ਨਹੀਂ ਸੋ ਅੱਜ ਜੇਕਰ ਤੁਸੀਂ ਸਮਝੋ ਇਹ ਮناسب ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਕੁਝ ਐਸੀਆਂ ਚੀਜ਼ਾਂ ਜਿਹੜੀਆਂ ਕਿ ਅੱਜ ਪੰਥ ਨੂੰ ਪਤਾ ਹੋਣੀ ਚਾਹੀਦੀਆਂ ਨੇ ਜਿਹਦੇ ਨਾਲ ਕਿ ਕੋਈ ਜਾਗਰਤਾ ਆਏ ਅਤੇ ਉਹ ਮੋੜ ਤੋਂ ਇਸ ਤਰ੍ਹਾਂ ਜਿਹੜੇ ਇਹ ਲੋਕ ਆ ਕੇ ਇੱਥੇ ਇਹਨਾਂ ਨੂੰ ਮੂਰਖ ਮਨਾ ਜਾਂਦੇ ਨੇ ਉਹ ਨਾ ਬਣਨ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਜੋ ਇੱਥੇ ਕਿਹਾ ਜਾਂਦਾ ਕੀਤਾ ਜਾਂਦਾ ਹੁੰਦਾ ਨਹੀਂ ਓਕੇ ਸਾਡੇ ਜੋਧਪੁਰ ਵਾਲਿਆਂ ਦੇ ਨਾਂ ਤੇ ਵੀ ਕਾਫੀ ਪੈਸਾ ਲੋਕਾਂ ਨੇ ਲੁੱਟਿਆ ਆਦਾ ਪਰ ਜੋਧਪੁਰ ਵਾਲੇ ਐਸਲੇ ਕਈ ਐਸੇ ਗੁਰਸਿੱਖ ਨੇ ਜਿੰਨਾਂ ਕੋਲ ਪੈਸਾ ਜੇਬ ਚ ਕੀ ਉਹਨਾਂ ਕੋ ਕੱਪੜਾ ਹੀ ਪੈਣਨ ਨੂੰ ਨਹੀਂ ਹੈਗਾ ਹੂੰ ਹੂੰ ਜਿੰਨਾਂ ਦੀ ਹਾਲਾਤ ਐਸੀ ਹੈ ਤੇ ਕਈ ਐਸੇ ਜੋਧਪੁਰ ਵਾਲੇ ਜਿਹੜੇ ਸਰਕਾਰ ਦੀ ਝੋਲੀ ਚ ਡਾ ਡਿੱਗੇ ਜੀ ਉਹਨਾਂ ਨੇ ਸਰਕਾਰ ਦੀ ਝੋਲੀ ਚ ਡਿੱਗ ਕੇ ਵੀ ਉਹਨਾਂ ਬਾਰੇ ਨਹੀਂ ਸੋਚਿਆ ਠੀਕ ਤੇ ਮੈਂ ਇਹੋ ਆਖਾਂਗਾ ਜਿਹੜੇ ਫੋਰਨ ਦੇ ਵਿੱਚ ਗੁਰਸਿੱਖ ਜਾਂਦੇ ਗੁਰਸਿੱਖ ਜੋ ਇਸ ਪਾਸੇ ਸੇਵਾ ਕਰਨੀ ਚਾਹੁੰਦੇ ਨੇ ਉਹ ਆਪ ਜਾ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਜੋ ਆਰਥਿਕ ਸੇਵਾ ਕੀਤੀ ਜਾ ਸਕਦੀ ਕਰਨੀ ਚਾਹੀਦੀ ਹੈ ਕਿਉਂਕਿ ਬੜੇ ਮਾੜੇ ਹਾਲਾਤ ਨੇ ਉਹਨਾਂ ਬਾਰੇ ਕਿਸੇ ਨੇ ਨਹੀਂ ਸੋਚਿਆ ਨਾ ਕੋਈ ਪੰਥਕ ਸਰਕਾਰ ਨੇ ਸੋਚਿਆ ਨਾ ਪੰਥਕ ਜਥੇਬੰਦੀਆਂ ਨੇ ਸੋਚਿਆ ਜੀ ਤੇ ਉਹ ਵਿਚਾਰੇ ਉਸ ਤੈ ਤੁਰੇ ਫਿਰਦੇ ਕੀ ਸਿੱਖਣ ਦੀ ਲੋੜ ਹੈਗੀ ਕਿਉਂਕਿ 28 ਸਾਲ ਦਾ ਜਿਹੜਾ ਸਫਰ ਹੈਗਾ ਬਹੁਤ ਲੰਬਾ ਸਫਰ ਹੋ ਗਿਆ ਅੱਜ ਇੱਕ ਅਸੀਂ ਵਿਕਟਮ ਐਟੀਟਿਊਡ ਨਾਲ ਮੈਂਟੈਲਿਟੀ ਨਾਲ ਘੁੰਮਤ ਰਹੇ ਆ ਅਸੀਂ ਕਹਿ ਦਿੰਨੇ ਆ ਜੀ ਇਹ ਬੜਾ ਮਾੜਾ ਹੋਇਆ ਇੱਕ ਦਿਨ ਅਸੀਂ ਸਾਲ ਦੇ ਵਿੱਚ ਸਾਰੇ ਇਕੱਠੇ ਹੋ ਗਏ تھے ਕੈਂਡਲਾਈਟ ਵਿਜ਼ੂਅਲ ਵੀ ਕਰ ਲੈਨੇ ਆ ਤੇ ਯਾਦ ਕਰ ਲੈਨੇ ਉਹਨਾਂ ਸ਼ਹੀਦਾਂ ਨੂੰ ਪਰ ਕੀ ਹੋਣਾ ਚਾਹੀਦਾ ਤੇ ਕੀ ਸਿੱਖਣ ਦੀ ਲੋੜ ਹੈਗੀ ਜਿਹੜੇ ਨੌਜਵਾਨ ਨੇ ਜੀ ਮੇਰੀ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਜੋ ਜੋਸ਼ ਚ ਤੇ ਤੇ ਹੋਸ਼ ਚ ਵੀ ਰਹੇ ਠੀਕ ਹੈ ਕਿ ਜਿਹੜੇ ਚਲੇ ਜਾਂਦੇ ਨੇ ਉਹਨਾਂ ਦੇ ਮਗਰੋਂ ਕੋਈ ਕਿਸੇ ਨੂੰ ਨਹੀਂ ਪੁੱਛਦਾ ਹੂੰ ਹੂੰ ਠੀਕ ਆ ਕੁਰਬਾਨੀਆਂ ਕਰ ਜਾਂਦੇ ਨੇ ਜੀ ਪਰ ਕੁਰਬਾਨੀ ਉੱਥੇ ਕਰਨੀ ਜੇ ਚਾਹੀਦੀ ਜਿੱਥੇ ਲੋੜ ਹੋਵੇ ਇਹ ਨਹੀਂ ਕਿ ਅਸੀਂ ਅੱਖਾਂ ਬੰਦ ਕਰਕੇ ਕੁਰਬਾਨੀਆਂ ਦੀ ਥਾਂ ਤੇ ਤੁਰ ਪਈਏ ਇਹ ਅੱਛਾ ਨਹੀਂ ਹੈ ਅਸੀਂ ਸਾਰਾ ਸੰਤਾਪ ਹਟਾਇਆ ਹੈ ਸਾਨੂੰ ਪਤਾ ਹੈ ਕਿ ਕੀ ਸੱਚ ਹੈ ਤੇ ਕੀ ਝੂਠ ਹੈ ਇਹ ਸਿਰਫ ਲੋਕ ਹਵਾ ਦਿੰਦੇ ਨੇ ਵੀ ਇਹਨਾਂ ਨੂੰ ਚੁੱਕੋ ਇਹ ਮੈਂ ਕਵਾਂਗਾ ਨੌਜਵਾਨਾਂ ਨੂੰ ਵੀਰਾਂ ਨੂੰ ਵੀ ਇਹ ਜਵਾਨੀ ਦੁਬਾਰਾ ਨਹੀਂ ਆਉਂਦੀ ਪੰਥ ਦੀ ਖਾਤ ਤੇ ਮੈਂ ਵੀ ਤਿਆਰ ਠੀਕ ਬਾਰੇ ਵੀ ਸਮਾਂ ਵੇਖੋ ਸੱਚ ਕੀ ਹੈ ਤੇ ਝੂਠ ਕੀ ਹੈ ਰਾਈਟ ਹੁਣ ਇਹ ਸੱਚ ਤੇ ਝੂਠ ਨੂੰ ਪਛਾਣਨ ਵਾਸਤੇ ਉਹੀ ਗੱਲ ਆ ਗਈ ਦੁਬਾਰਾ ਤੋਂ ਮੇਰਾ ਸਵਾਲ ਤੁਹਾਨੂੰ ਕਿ ਅੱਜ ਜ਼ਰੂਰ ਚਾਹਾਂਗਾ ਕਿ ਤੁਸੀਂ ਜਿਹੜਾ ਬਾਹਰ ਆਏ ਹੈਗੇ ਹੋ ਇਹ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਕੋਈ ਐਸੀਆਂ ਚੀਜ਼ਾਂ ਜਿਨ੍ਹਾਂ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ ਜਿਹਦੇ ਨਾਲ ਕਿ ਮੁਰ ਤੋਂ ਉਸ ਚੀਜ਼ ਨਾ ਫਸ ਕੇ ਲੋਕ ਇਮੋਸ਼ਨਲੀ ਜਿਹੜਾ ਹੈ ਉਹਨਾਂ ਦੀ ਹੀ ਗੱਲਾਂ 'ਚ ਦੁਬਾਰਾ ਫਸ ਜਾ ਗਏ ਮੈਂ ਔਨ ਡਿਊਟੀ ਦਰਵਾਜ਼ਾ ਤੋਂ ਫੜਿਆ ਗਿਆ ਸੀ ਜੀ ਤੇ ਜਾ ਕੇ ਫਿਰ ਮੈਂ ਜੁਆਇਨ ਕੀਤੀ ਹਮ ਹਮ ਤੇ ਮੈਨੂੰ ਉਹਨਾਂ ਲੋਕਾਂ ਨੇ ਤੰਗ ਕੀਤਾ ਜਿਸ ਕਰਕੇ ਮੈਂ ਰਜਾਇਨ ਕਰਕੇ ਨੌਕਰੀ ਤੋਂ ਓਕੇ ਤੇ ਇਸ ਕਰਕੇ ਮੈਂ ਕਵਾਂਗਾ ਵੀ ਕੋਈ ਕਿਸੇ ਨੂੰ ਨਹੀਂ ਇਹ ਪੁੱਛਦਾ ਜੇ ਅੱਜ ਮੈਨੂੰ ਗੁਰੂ ਦੀ ਸੰਗਤ ਪਿਆਰ ਨਾ ਕਰਦੀ ਹੁੰਦੀ ਜੀ ਤੇ ਇਹ ਲੋਕ ਮੈਨੂੰ ਧਰਤੀ 'ਤੇ ਉੱਥੇ ਦਫਨਾ ਦੇਂਦੇ ਜਿੱਥੋਂ ਮੇਰਾ ਕੋਈ ਸਾਹ ਵੀ ਨਾ ਨਿਕਲਦਾ ਵੀ ਮੇਰੀ ਹੋਂਦ ਹੀ ਖਤਮ ਹੋ ਜਾਂਦੀ ਕੋਈ ਸਰਿੰਦਰ ਸਿੰਘ ਵੀ ਹੈਗਾ ਸੀ ਇਸ ਕਰਕੇ ਮੈਂ ਕਵਾਂਗਾ ਵੀ ਬਚ ਬਚਾ ਕੇ ਰਵੋ ਇਹ ਲੋਕ ਕਿਸੇ ਨੂੰ ਨਹੀਂ ਇਹ ਮਰਵਾਉਣਾ ਜਾਣਦੇ ਜਾਂ ਜਿਵਾਉਣਾ ਨਹੀਂ ਜਾਣਦੇ ਕਿਸੇ ਐਂਡ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਉਹੀ ਲੋਕ ਜਿਹੜੇ ਕਿ ਪੰਥ ਦੀ ਦੁਹਾਈ ਪਾਉਂਦੇ ਨੇ ਉਹਨਾਂ ਨੇ ਹੀ ਤੁਹਾਨੂੰ ਤੰਗ ਕੀਤਾ ਜਦ ਕਿ ਤੁਸੀਂ ਉਸ ਸਮੇਂ ਆਪਣਾ ਇਹ ਫਰਜ਼ ਸਮਝ ਕੇ ਦਰਬਾਰ ਸਾਹਿਬ ਜਾ ਕੇ ਕੀਰਤਨ ਕਰਦੇ ਰਹੇ ਕਿ ਇਹ ਮੇਰਾ ਇੱਕ ਫਰਜ਼ ਹੈਗਾ ਸੋ ਹੁਣ ਅਖੀਰ ਦੇ ਵਿੱਚ ਇਸ ਨਾਲ ਤੁਸੀਂ ਇਹ ਬੇਨਤੀ ਕੀਤੀ ਅਪੀਲ ਕੀਤੀ ਹੈ ਸਿੰਘਾਂ ਨੂੰ ਸਿੰਘਣੀਆਂ ਨੂੰ ਕਿ ਤੁਸੀਂ ਆਪਣੇ ਆਪ ਨੂੰ ਸੁਚੇਤ ਹੋਵੋ ਹੋਸ਼ ਵੀਲ आओ ਜੋਸ਼ ਨਾਲ ਹੀ ਸਿਰਫ ਕੰਮ ਨਾ ਕਰੋ ਤੇ ਅਖੀਰ ਵਿੱਚ ਜਿਹੜੇ ਲੋਕੀ ਜਿਹੜੇ ਕਿ ਉੱਥੇ ਇਸ ਸਮੇਂ ਕਾਫੀ ਜ਼ਿਆਦਾ ਮੰਦੀ ਹਾਲਤ ਵਿੱਚ ਨੇ ਖਾਸ ਤੌਰ ਤੇ ਈਵਨ ਧਰਮੀ ਫੌਜੀ ਵੀ ਜਿਹੜੇ ਹੈਗੇ ਨੇ ਜਾਂ ਜੋਧਪੁਰ ਦੇ ਡਿਟੇਨੀਆਂ ਜਾਂ ਹੋਰ ਅਜੇ ਵੀ ਬਹੁਤ ਸਾਰੇ ਜਿਹੜੇ ਜੇਲਾਂ ਵਿੱਚ ਬੰਦ ਹੈਗੇ ਨੇ ਇੱਥੇ ਬੈਠ ਕੇ ਅਪਾਰਟ ਫਰਮ ਕੇ ਮਾਇਕ ਸਹਾਇਤਾ ਦੀ ਜਿੱਥੇ ਅਸੀਂ ਸੋਚਦੇ ਹਾਂ ਕਿ ਇੱਥੇ ਗੁਰੂ ਨੇ ਬੜੀ ਬਖਸ਼ਿਸ਼ ਕੀਤੀ ਸਾਡੇ ਉੱਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਹੋਰ ਕੀ ਕੁਝ ਕੀਤਾ ਜਾ ਸਕਦਾ ਜਿਹਦੇ ਨਾਲ ਕਿ ਇਹ ਸੰਤਾਪ ਜਿਹੜਾ ਤੁਸੀਂ ਸਾਰਿਆਂ ਨੇ ਭੋਗਿਆ ਉਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਾ ਸਕਦਾ ਉਹਦੇ ਬਾਰੇ ਵੀ ਉਹਨਾਂ ਦੇ ਹਾਲਾਤ ਦੇਖਣ ਕੀ ਨੇ ਹਮ ਹਮ ਉਹ ਮੰਗਦੇ ਨਹੀਂ ਕਿਸੇ ਕੋਲੋਂ ਕੁਝ ਵੀ ਜੀ ਪਰ ਸਾਡੀਆਂ ਅੱਖਾਂ ਹੈਗੀਆਂ ਦੇਖਣ ਵਾਲੀਆਂ ਵੀ ਧਰਮੀ ਫੌਜੀਆਂ ਦਾ ਕੀ ਹਾਲ ਹੈ ਜੀ ਜੋਧਪੁਰ ਡਿਟੇਨੈਂਸ ਦਾ ਕੀ ਹਾਲ ਹੈ ਹਮ ਹਮ ਹੋਰ ਐਸੇ ਗੁਰਸਿੱਖ ਹੈਗੇ ਜਿਨ੍ਹਾਂ ਨੇ ਜੇਲਾਂ ਕੱਟੀਆਂ ਜਿਨ੍ਹਾਂ ਦੇ ਪਰਿਵਾਰ ਜਿਹੜੇ ਨੇ ਉਹ ਬੋਲਦੇ ਨਹੀਂ ਕਿ ਠੀਕ ਆ ਦੁਖੀ ਮਿੱਸੀ ਖਾ ਕੇ ਉਸ ਪਰਮੇਸ਼ਰ ਦੇ ਪਾਣੇ 'ਚ ਰਹਿ ਕੇ ਗੁਜ਼ਾਰਾ ਕਰ ਰਹੇ ਨੇ ਰਾਈਟ ਤੇ ਸਾਡਾ ਫਰਜ਼ ਬੰਦ ਹੈ ਕਿ ਅਸੀਂ ਉਹਨਾਂ ਦੇ ਕਿਸ ਨਾ ਕਿਸੇ ਪੱਖ ਤੋਂ ਮਦਦ ਕਰੀ ਜਾਂਦੇ 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 ਇਹ ਵੀ ਜ਼ਰੂਰ ਦੱਸਦੇ ਹੋ ਕਿ ਕੀ ਅਸੀਂ ਇਸ ਸਬਕ ਚ ਕੁਝ ਸਿੱਖੇ ਹੈ ਜਾਂ ਜਿਹੜੀ ਦਲਦਲ ਵਿੱਚ ਉਸ ਸਮੇਂ ਸਨ ਉਸ ਤੋਂ ਹੀ ਜ਼ਿਆਦਾ ਉਸ ਦੇ ਵਿੱਚ ਫਸਦੇ ਜਾ ਰਹੇ ਹੋ ਤੇ ਦਲਦਲ ਇੱਕ ਅਲੱਗ ਸੀ ਅਸੀਂ ਹੋਰ ਦਲਦਲ ਦੇ ਵਿੱਚ ਫਸਦੇ ਜਾ ਰਹੇ ਹਮਮ ਜਿਸ ਬਾਰੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਪੰਜਾਬ ਦੇ ਵਿੱਚ ਨਸ਼ਾ ਬਹੁਤ ਚੱਲ ਰਿਹਾ ਜੀ ਅੱਗੇ ਤੇ ਬੁਲਟ ਦੇ ਨਾਲ ਮਾਦੇ ਸੇ ਨਸ਼ੇ ਦੇ ਨਾਲ ਜਵਾਨੀ ਨੂੰ ਮਾਰ ਦੇ ਨੇ ਠੀਕ ਉਸ ਕਰਕੇ ਮੈਂ ਕਹਾਂਗਾ ਵੀ ਉਸ ਨਸ਼ੇ ਵਾਲੇ ਬੰਨੇ ਵੀ ਧਿਆਨ ਦੇਣ ਤੇ ਜਿਆਦਾ ਇਹ ਹੈ ਕਿ ਜਿਹੜੇ ਪੰਜਾਬ ਦੇ ਨੌਜਵਾਨ ਨੇ ਨਾ ਉਹ ਨਸ਼ੇ 'ਚ ਜਿਹੜਾ ਫਸਦੇ ਜਾ ਰਹੇ ਇਹ ਸਿੱਖੀ ਨੂੰ ਬਰਬਾਦ ਕਰਨ ਦੇ ਤੁਲੇ ਹੋਏ ਨੇ ਠੀਕ ਅੱਗੇ ਤੇ ਹੋਰ ਸਮਾਜ ਸੀ ਜਸਪਤ ਦਾ ਲਖਪਤ ਦਾ ਵਰਗਿਆਂ ਦਾ ਹੁਣ ਕਈ ਐਸੇ ਹੋਏ ਨੇ ਜਿਹੜੇ ਨਸ਼ਾ ਸੁੱਟ ਰਹੇ ਨੇ ਤੇ ਮੈਂ ਉਹਨਾਂ ਨੂੰ ਕੀ ਨਾਂ ਲਵਾਂ ਤੇ ਕੀ ਨਾਂ ਲਵਾਂ ਸਮੇਂ ਦੀ ਹਕੂਮਤਾਂ ਕਿਸੇ ਨਾ ਕਿਸੇ ਤਰ੍ਹਾਂ ਜਵਾਨੀ ਨੂੰ ਬਰਬਾਦ ਕਰਦੀਆਂ ਤੇ ਸਮੇਂ ਦੀ ਹਕੂਮਤਾਂ ਵਿੱਚ ਕੀ ਇਹ ਉਹ ਵੀ ਹਕੂਮਤਾਂ ਨੇ ਜਿਹੜੀਆਂ ਆਪਣੇ ਆਪ ਨੂੰ ਪੰਥਕ ਖੁਵਾਂਦੀਆਂ ਹਾਂਜੀ ਧੰਨਵਾਦ ਵੜਾ ਜੀ ਤੇ ਸ਼ੁਭ ਕਾਮਨਾਵਾਂ ਕਿ ਤੁਸੀਂ ਵਾਹਿਗੁਰੂ ਬਖਸ਼ਿਸ਼ ਕਰੇ ਚੜੀ ਸੇਵਾ ਤੁਸੀਂ ਨਿਭਾਰਿਓ ਸਿੱਖ ਕੌਮ ਦੇ ਵਿੱਚ ਐਜ਼ ਅ ਕੀਰਤਨੀ ਉਸ ਵਿੱਚ ਹੋਰ ਤੁਹਾਨੂੰ ਵਾਹਿਗੁਰੂ ਤੁਸੀਂ ਇਸੇ ਤਰੀਕੇ ਨਾਲ ਬਰਕਤਾਂ ਪਾਉਂਦਾ ਰਹੇ ਤੇ ਤੁਸੀਂ ਸਿੱਖ ਕੌਮ ਨੂੰ ਸੇਧ ਦਿੰਦੇ ਰਹੋ ਧੰਨਵਾਦ ਵਾਹਿਗੁਰੂ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ